ਥਾਣਾ ਵਲਟੋਹਾ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਤੇ 3 ਗ੍ਰਾਮ ਹੈਰੋਇਨ ਸਮੇਤ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ। ਦਰਅਸਲ ਪੁਲਿਸ ਪਾਰਟੀ ਦੇ ਵੱਲੋਂ ਬਹਾਦਰ ਨਗਰ ਪੁਲ ਦੇ ਸੂਏ ਦੇ ਉੱਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਰੋਕ ਕੇ ਉਸ ਤੋਂ 2 ਨੌਜਵਾਨ ਭੱਜ ਗਏ ਅਤੇ ਬਾਕੀ ਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਨੂੰ ਪਿਛਲੇ 5-6 ਦਿਨ ਤੋਂ ਇਹਨਾਂ ਬਾਰੇ ਸੂਚਨਾ ਮਿਲੀ ਸੀ ਕਿ ਇਹ ਘੁੰਮ ਫਿਰ ਕੇ ਇੱਕ ਕਾਰ ਦੇ ਚਿੱਟੇ ਰੰਗ ਦੀ ਦੇ ਵਿੱਚ ਆਈ 10 ਗ੍ਰੈਂਡ ਗੱਡੀ ਹੈ, ਵਾਈਟ ਕਲਰ ਦੀ ਵਿਦਾਊਟ ਨੰਬਰ। ਉਹਦੇ 'ਤੇ ਘੁੰਮ ਫਿਰ ਕੇ ਨਾ 5-6 ਜਣੇ ਤਸਕਰੀ ਕਰ ਰਿਹਾ ਹੈਰੋਇਨ ਦੀ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦੀ। ਅਸੀਂ ਇਹਨਾਂ ਦੇ ਮਗਰ ਪਿਛਲੇ 5 ਦਿਨ ਤੋਂ ਹੀ ਲੱਗੇ ਸੀ। ਕੱਲ੍ਹ ਸਾਨੂੰ ਸੂਚਨਾ ਮਿਲੀ ਇੱਕਦਮ ਕਿ ਇਹ ਬਹਾਦਰ ਨਗਰ ਜੋਧ ਸਿੰਘ ਵਾਲ ਵਾਲੀ ਸਾਈਡ ਤੋਂ ਆ ਰਿਹਾ ਅਤੇ ਇਹਨਾਂ ਕੋਲੋਂ ਕੋਈ ਵੀ ਨਸ਼ੀਲੀ ਚੀਜ਼ ਹੈਰੋਇਨ ਜਾਂ ਗੋਲੀਆਂ ਮਿਲ ਸਕਦੀਆਂ ਵਾ। ਮੈਂ ਆਪਣੀ ਪੁਲਿਸ ਪਾਰਟੀ ਜਿਹਦਾ ਇੰਚਾਰਜ SI ਜਗਿੰਦਰ ਸਿੰਘ ਅਤੇ ਨਾਲ ਹੋਰ ਸਟਾਫ ਜਿਹੜਾ ਉਹ ਭੇਜਿਆ, ਜਿਨ੍ਹਾਂ ਨੇ ਨਾਕਾ ਲਾਇਆ। ਨਾਕੇ ਦੌਰਾਨ ਇਹਨਾਂ ਨੂੰ ਜਦੋਂ ਆਉਂਦਿਆਂ ਨੂੰ ਦੇਖ ਕੇ ਰੁਕਣ ਦਾ ਇਸ਼ਾਰਾ ਕੀਤਾ। ਇਹਨਾਂ ਨੇ ਪੁਲਿਸ ਪਾਰਟੀ ਵੱਲੋਂ ਲਗਾਏ ਹੋਏ ਨਾਕੇ ਤੋਂ ਥੋੜ੍ਹਾ ਪਿੱਛੇ ਹੀ ਗੱਡੀ ਰੋਕ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਹਨੂੰ ਪੁਲਿਸ ਪਾਰਟੀ ਨੇ 3 ਜਣਿਆਂ ਨੂੰ ਕਾਬੂ ਕਰ ਲਿਆ। 2 ਜਣੇ ਇਹਦੇ 'ਚੋਂ ਭੱਜ ਗਏ। ਜਿਹੜੇ ਕਾਬੂ ਕੀਤੇ ਗਏ ਉਹਨਾਂ ਵਿੱਚ ਮਨਜਿੰਦਰ ਸਿੰਘ ਇਲੀਅਸ ਮਨੀ, ਪੁੱਤਰ ਦਲੀਪ ਸਿੰਘ ਕੌਮ ਜੱਟ ਵਾਸੀ ਲਾਖਣਾ, ਅਤੇ ਗੁਰਪ੍ਰਤਾਪ ਸਿੰਘ ਇਲੀਅਸ ਪ੍ਰਤਾਪ, ਪੁੱਤਰ ਸਵਰਨ ਸਿੰਘ ਅਮਰਕੋਟ, ਸੁਖਦੇਵ ਸਿੰਘ ਇਲੀਅਸ ਖੇਸੀ ਜਿਹੜਾ ਕਿ ਬਹੁਤ ਜ਼ਿਆਦਾ ਮਸ਼ਹੂਰ ਆ ਇੱਥੇ ਨਸ਼ਾ ਤਸਕਰੀ 'ਚ, ਪਹਿਲਾਂ ਵੀ ਇਹਨਾਂ ਦੇ ਖਿਲਾਫ਼ ਪਰਚੇ ਦਰਜ ਆ, ਪੁੱਤਰ ਕਸ਼ਮੀਰ ਸਿੰਘ ਕੌਮ ਸੁਨਿਆਰਾ ਗਲੀ ਮੰਤਰੀਆਂ ਵਾਲੀ ਵਲਟੋਹਾ, ਇਹਨਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ, ਅਤੇ ਗੁਰਪ੍ਰੀਤ ਸਿੰਘ ਇਲੀਅਸ ਗੋਪੀ, ਪੁੱਤਰ ਕੁਲਵੰਤ ਸਿੰਘ ਅਮਰਕੋਟ, ਅਤੇ ਅਵਤਾਰ ਸਿੰਘ ਇਲੀਅਸ ਬੂਰਾ, ਪੁੱਤਰ ਜਰਨੈਲ ਸਿੰਘ ਜੱਟ ਵਾਸੀ ਭੂਰਾਪੁਰਾ, ਇਹ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ। ਹਾਂਜੀ, ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਅਤੇ ਗੱਡੀ ਦੇ ਵਿੱਚੋਂ 3 ਗ੍ਰਾਮ ਹੈਰੋਇਨ, ਦਾਣੇਦਾਰ ਬਿਲਕੁਲ ਪਿਓਰ ਹੈਰੋਇਨ, ਅਤੇ 1077 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ 120/2917/21/2261 NDPS ਐਕਟ ਅਧੀਨ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਡਿਟੇਲ 'ਚ ਇਹਨਾਂ ਦੀ ਪੁੱਛਗਿੱਛ ਕੀ, ਕਾਫ਼ੀ ਮਸ਼ਹੂਰ ਸੀਗੇ ਇੱਥੇ ਨਸ਼ਾ ਤਸਕਰੀ ਦੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ, ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਪਰਚੇ ਦਰਜ ਆ, ਇਹ ਜੇਲ੍ਹਾਂ 'ਚ ਵੀ ਰਹਿ ਕੇ ਆਏ ਆ, ਲੇਕਿਨ ਇਹ ਫਿਰ ਵੀ ਇਸਦੇ ਬਾਵਜੂਦ ਵੀ ਜਮਾਨਤ 'ਤੇ ਆਉਣ ਤੋਂ ਬਾਅਦ ਇਹਨਾਂ ਨੇ ਆਪਣਾ ਧੰਦਾ ਜਿਹੜਾ ਵਾ ਉਹ ਛੱਡਿਆ ਨਹੀਂ, ਬਦਸਤੂਰ ਜਾਰੀ ਰੱਖਿਆ ਵਾ। ਅਸੀਂ ਸਾਡੇ ਅਫਸਰਾਂ ਦੀਆਂ ਸਾਨੂੰ ਹਦਾਇਤਾਂ ਵਾਂ ਕਿ ਜਿਹੜਾ ਇਸ ਸੰਬੰਧ ਵਿੱਚ ਜ਼ੀਰੋ ਟੋਲਰੈਂਸ ਨੀਤੀ ਚੱਲ ਰਹੀ ਆ, ਅਸੀਂ ਇਹਨਾਂ ਦੇ ਖਿਲਾਫ਼ ਪੂਰੀ ਸਖ਼ਤੀ ਨਾਲ ਪੁੱਛਗਿੱਛ ਵੀ ਕੀਤੀ ਆ, ਅਤੇ ਇਸ ਤੋਂ ਅੱਗੇ ਵੀ ਜਿਹੜਾ ਵਾ ਇਹਨਾਂ ਦੇ ਖਿਲਾਫ਼ ਅਸੀਂ ਪੂਰੀ ਸਖ਼ਤੀ ਨਾਲ ਆਪਣਾ ਅਭਿਆਨ ਜਾਰੀ ਰੱਖਾਂਗੇ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ, ਵੈਬ TV।